ਅਸਲਾਮ ਵਾਲੇਕੁਮ ਜੀ, ਕੀ ਹਾਲ ਆ? ਉਹ ਕਿੱਥੇ ਟੁਰ ਗਏ ਹੋ ਸਾਰੇ? ਹਾਂ, ਮੈਂ ਰੋਜ਼ ਤੁਹਾਡਾ ਇੰਤਜ਼ਾਰ ਕਰਦਾ ਹੈਗਾ ਅਤੇ ਤੁਸੀਂ ਆਉਂਦੇ ਹੀ ਨਹੀਂ। ਉਹ ਕੌਣ ਆਇਆ? ਲਓ ਜੀ, ਇੱਕ ਤਾਂ ਇਸ ਅੱਛੂ ਕੋਲ ਮੈਂ ਬੜਾ ਤੰਗ ਆ, ਜਦੋਂ ਕੋਈ ਕੰਮ ਦੀ ਗੱਲ ਕਰਨ ਲੱਗਾ ਇਹ ਆ ਜਾਂਦਾ ਵਾ। ਹਾਂ, ਪੁੱਛ, ਕੀ ਪੁੱਛਣਾ? ਪੀਸੀਬੀ 'ਚ ਕੀ ਹੋਣਾ ਦੱਸੋ ਯਾਰ। ਹੁਣ ਤੈਨੂੰ ਇਹ ਵੀ ਦੱਸਣ ਦੀ ਜ਼ਰੂਰਤ ਹੈਗੀ ਆ ਕਿ ਹੁਣ ਪੀਸੀਬੀ 'ਚ ਕੀ ਹੋਣਾ? ਆ 27 ਤਰੀਕ ਨੂੰ ਜ਼ਕਾ ਅਸ਼ਰਫ ਸਾਹਿਬ ਜਿਹੜੇ ਆ ਉਹ ਬਣ ਰਹੇ ਆ ਚੇਅਰਮੈਨ ਪੀਸੀਬੀ। ਹਾਂਜੀ, ਔਰ ਕੀ ਕਦੋਂ ਤੱਕ ਰਹਿਣਗੇ? ਹਾਂ, ਇਹ ਅੱਛਾ ਸਵਾਲ ਤੂੰ ਕੀਤਾ ਵਾ। ਗੱਲ ਇਹ ਵਾ ਕਿ ਹੁਣ ਦੇਖਣਾ ਪਏਗਾ ਕਿ ਨਿਗਰਾਨ ਹਕੂਮਤ ਕਦ ਤੱਕ ਹੁੰਦੀ ਆ, ਔਰ ਫਿਰ ਇਹ ਵੀ ਦੇਖਣਾ ਪਏਗਾ ਕਿ ਕਿਤਨਾ ਲੰਬੀ ਜਾਂਦੀ ਆ ਨਿਗਰਾਨ ਹਕੂਮਤ, ਔਰ ਫਿਰ ਇਹ ਵੀ ਦੇਖਣਾ ਪਊਗਾ ਕਿ ਜਦੋਂ ਨਿਗਰਾਨ ਸੈਟਅਪ ਹੁੰਦਾ ਅਤੇ ਉਹਦੇ 'ਚ ਨਿਗਰਾਨ ਵਜ਼ੀਰ ਆਜ਼ਮ ਕੌਣ ਹੁੰਦਾ, ਉਹਦੇ ਵਿੱਚ ਚੇਅਰਮੈਨ ਪੀਸੀਬੀ ਦੀ ਤਬਦੀਲੀ ਹੁੰਦੀ ਆ ਜਾਂ ਨਹੀਂ। ਇਹੀ ਆ ਨਾ? ਹਾਂ, ਹੁਣ ਕੀ ਆ? ਵਸੀਮ ਅਕਰਮ? ਨਹੀਂ, ਵਸੀਮ ਅਕਰਮ ਦੇ ਹਾਲਾਂ ਕੋਈ ਚਾਂਸ ਨਹੀਂ ਹੈਗੇ। ਵਕਾਰੀ ਯੂਨਸ? ਔਖੀ ਗੱਲ ਆ, ਸ਼ਾਇਦ ਕੋਈ ਹੱਥ ਪੈ ਜਾਵੇ। ਉਮਰ ਕੀ? ਉਮਰ ਅਕਮਲ ਅਤੇ ਅਹਿਮਦ ਸ਼ਹਿਜ਼ਾਦ? ਸੋਚਣਾ ਪਊਗਾ, ਪਰ ਸ਼ੇਮ ਮਲਕ ਜਿਹੜਾ ਨਾ ਉਹ ਕਨਫਰਮ ਵਾਪਸ ਆ ਰਿਹਾ, ਮੈਂ ਤੈਨੂੰ ਪਹਿਲੇ ਦੱਸ ਰਿਹਾ। ਹਾਂ, T20 'ਚ ਨਾ ਸ਼ੇਮ ਮਲਕ ਨੂੰ ਕੋਈ ਨਹੀਂ ਵਾਪਸ ਆਉਣ ਤੋਂ ਰੋਕ ਸਕਦਾ ਜੀ। ਹਾਂ ਹਾਂ, ਮੈਂ ਕਦੀ ਕੋਈ ਝੂਠੀ ਗਲਤੀ ਕੀਤੀ ਨਹੀਂ, ਅੱਲਾ ਦਾ ਫਜ਼ਲ ਆ, 2009 ਤੋਂ ਚੈਨਲ ਚਲਾ ਰਿਹਾ। ਹਾਂ, ਇੱਕ ਵੀ ਖਬਰ ਝੂਠੀ ਸਾਬਤ ਨਹੀਂ ਹੋਈ। ਹਾਂ, ਤੱਗੂ ਵੀ ਨਹੀਂ ਹੋਣ ਲੱਗੀ ਇਨਸ਼ਾਅੱਲਾ, ਕਿਉਂਕਿ ਮਿਹਨਤ ਕਰੀ ਦੀ ਆ ਤੁਹਾਡੇ ਅੰਗਰ, ਸਿਰਾ ਫੜਿਆ ਅਤੇ ਨੱਸ ਪਏ, ਇੱਦਾਂ ਕਦੇ ਨਹੀਂ ਕੀਤਾ। ਹਾਂ ਦੇਖੋ ਜੀ, ਕੈਸੇ ਨਾਮਾਕੂਲ ਸਵਾਲ ਪੁੱਛ ਰਿਹਾ, ਜਿਹੜੇ ਕਿ ਜਿਹਨਾਂ ਦਾ ਕੋਈ ਸਿਰ 'ਤੇ ਕੋਈ ਪੈਰ ਹੀ ਨਹੀਂ ਆ। ਕੀ BCCI ਨੇ ਹਾਈਬ੍ਰਿਡ ਪਾਕਿਸਤਾਨ ਜਿਹੜਾ ਨਵਾਂ ਜ਼ਕਾ ਅਸ਼ਰਫ ਸਾਹਿਬ ਨੇ ਮਸ਼ਵਰਾ ਦਿੱਤਾ ਉਹਨੂੰ ਮੁਸਤਰਦ ਕਰ ਦਿੱਤਾ? ਤੋਤ ਕਰਨਾ ਹੀ ਸੀ ਉਹਨਾਂ, ਉਹ ਤਾਂ ਚਾਹੁੰਦੇ ਹੀ ਇਹ ਆ ਕਿ ਪਾਕਿਸਤਾਨ ਕੋਈ ਗਲਤੀ ਕਰੇ ਅਤੇ ਅਸੀਂ ਉਹਨਾਂ ਨੂੰ ਬਾਹਰ ਕਰੀਏ। ਪਰ ਜਿਹੜੇ ਜ਼ਕਾ ਅਸ਼ਰਫ ਸਾਹਿਬ ਆ ਨਾ, ਔਰ ਉਹਨਾਂ ਦੀ ਜੀ ਪਾਰਟੀ ਆ, ਉਹਨਾਂ 'ਚ ਬਹੁਤ ਲਚਕ ਆ, ਬਹੁਤ ਫਲੈਕਸੀਬਿਲਿਟੀ ਆ, ਉਹ ਮੰਨ ਜਾਣਗੇ, ਜਾਣਗੇ, ਫਲੈਕਸੀਬਿਲਿਟੀ ਵੀ ਸ਼ੋਅ ਕਰਨਗੇ, ਲਚਕ ਵੀ ਸ਼ੋਅ ਕਰਨਗੇ, ਔਰ ਏਸ਼ੀਆ ਕੱਪ 'ਚ ਵੀ ਹਿੱਸਾ ਲੈਣਗੇ, ਵਰਲਡ ਕੱਪ ਵੀ ਖੇਡਣਗੇ। ਹਾਂਜੀ, ਕਿਉਂਕਿ ਉਹਨਾਂ ਦੀ ਜਮਾਤ ਜਿਹੜੀ ਆ ਪਾਕਿਸਤਾਨ ਪੀਪਲ ਪਾਰਟੀ ਉੱਤੋਂ ਲੈ ਕੇ ਥੱਲੇ ਤੱਕ ਉਹਨਾਂ ਹਮੇਸ਼ਾ ਬਹੁਤ ਫਲੈਕਸੀਬਿਲਿਟੀ ਦਿਖਾਈ ਆ, ਅਤੇ ਸਭ ਕੁਝ ਠੀਕ ਹੋਏਗਾ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਅੱਛੂ ਅੱਛੂ ਯਾਰ, ਯਾਰ ਤੰਗ ਨਾ ਕਰ, ਮੈਂ ਆਪਣੇ ਦੋਸਤਾਂ ਨਾਲ ਆਪਣੇ ਯਾਰਾਂ ਨਾਲ ਗੱਲ ਕਰ ਰਿਹਾ ਹੈਗਾ ਤਾਂ ਤੂੰ ਵਿੱਚ ਆਪਣਾ ਲੁੱਚ ਤੋਲ ਲਿਆ। ਲੱਤੀ ਫਸਣਾ ਵਾ ਨਾ, ਉਹ ਗੰਦਾ ਥੋੜ੍ਹਾ ਜਿਹਾ, ਪਰ ਹੈ ਮੌਕੇ ਦੀ ਮੁਨਾਸਬਤ। ਚੱਲ ਤੇਰੀ ਮੰਨ ਲੈਂਦੇ, ਆਖਰ 'ਚ ਸੁਣਾਊਂਗਾ ਅਤੇ ਹੋਏਗਾ, ਇਹ ਜਿਹੜਾ ਮੇਰਾ ਅੱਜ ਦਾ ਟੋਪਿਕ ਆ ਨਾ ਇਸ ਦੇ ਮੁਤਾਬਕ ਹੀ ਹੋਊਗਾ, ਹੋਏਗਾ ਥੋੜ੍ਹਾ ਜਿਹਾ ਗੰਦਾ। ਹਾਂਜੀ, ਤੋ ਜਨਾਬ ਇਹ ਜਿਹੜਾ ਛੂਆ ਨਾ ਜੀ, ਮੈਂ ਇਸ ਤੋਂ ਬਹੁਤ ਤੰਗ ਪਿਆ ਹੋਇਆ, ਅੱਜ ਦਾ ਨਹੀਂ, ਕੋਈ ਨਿੱਕੇ ਹੁੰਦਿਆਂ ਦਾ ਮੇਰੇ ਪਿੱਛੇ ਪਿਆ ਹੋਇਆ। ਇਹ ਤਾਂ ਮੈਨੂੰ ਇੰਝ ਸਮਝਦਾ ਜਿਸ ਤਰ੍ਹਾਂ ਮੈਂ ਕ੍ਰਿਕਟ ਦਾ ਕੋਈ ਇਨਸਾਈਕਲੋਪੀਡੀਆ ਹੈਗਾ, ਜਾਂ ਮੈਂ ਕੋਈ ਪਤਾ ਨਹੀਂ ਕਿਹੜੀ ਬਲਾ ਹੈਗਾ। ਮੈਂ ਤਾਂ ਕਾਮ ਜਿਹਾ ਬੰਦਾ, ਬਸ ਯਾਰਾਂ ਦੋਸਤਾਂ ਦੀ ਇੱਜ਼ਤ ਕਰੀਦੀ ਆ, ਹਰਾਮ ਨਹੀਂ ਖਾਈਦਾ, ਅਤੇ ਇੱਜ਼ਤ ਬਣੀ ਹੋਈ ਆ, ਅਤੇ ਅੱਲਾ ਤਾਲਾ ਇੱਜ਼ਤ ਬਣਾਈ ਰੱਖੇ, ਕਿਉਂਕਿ ਇੱਜ਼ਤ ਬਣਾਉਣੀ ਤਾਂ ਬਹੁਤ ਔਖਾ ਕੰਮ ਆ, ਪਰ ਹੈ ਵੀ ਵੱਡਾ ਸੌਖਾ ਕੰਮ ਆ। ਅਗਰ ਦੂਸਰੇ ਦੀ ਇੱਜ਼ਤ ਕਰੋਗੇ ਤਾਂ ਦੂਸਰਾ ਵੀ ਤੁਹਾਡੀ ਇੱਜ਼ਤ ਕਰੇਗਾ, ਦੂਸਰੇ ਕੋਲ ਪੈਸੇ ਫੜੋਗੇ ਤਾਂ ਫਿਰ ਤੁਸੀਂ ਟਵਿੱਟਰ 'ਤੇ ਜਿਹੜੀਆਂ ਗਾਲਾਂ ਪੈਂਦੀਆਂ, ਜਿਹੜੇ ਲਿੱਤਰ ਪਾਲਾ ਹੁੰਦਾ ਉਹ ਤੁਸੀਂ ਵੇਖਦੇ ਹੋਵੋਗੇ। ਹਾਂ, ਹੁਣ ਕੀ ਹੈ ਸ਼੍ਰੀਲੰਕਾ 'ਚ ਕਮੈਂਟਰੀ? ਰਮੀਜ਼ ਰਾਜਾ ਅਤੇ ਅਹਿਮਦ ਸੁਹੇਲ? ਜੀ, ਇਹ ਅੱਛਾ ਸਵਾਲ ਤੋਂ ਪੁੱਛਿਆ, ਠੀਕ ਸਵਾਲ ਤੋਂ ਪੁੱਛਿਆ, ਔਰ ਇਹਦੇ 'ਚ ਜਾਨ ਹੈਗੀ ਆ। ਰਮੀਜ਼ ਰਾਜਾ ਹੋਰਾਂ ਨੇ ਵੀ ਫੌਰਨ ਕਾਲ ਕੀਤੀ ਆ, ਮੇਰੇ ਜ਼ਰਾ ਇਹ ਦੱਸ ਦਿਆ ਕਿ ਜ਼ਕਾ ਸਾਹਿਬ ਨੂੰ, ਔਰ ਜ਼ਕਾ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਆਪਣੇ ਨਾਲ ਰੱਖਾਂਗੇ ਔਰ ਤੁਹਾਨੂੰ ਕਮੈਂਟਰੀ ਦਾ ਵੀ ਮੌਕਾ ਦਿਆਂਗੇ। ਅਹਿਮਦ ਸੁਹੇਲ
ਅਮਰ ਸੁਹੇਲ ਤਾਂ ਜੀ ਜੰਗਲ ਦੇ ਬਾਦਸ਼ਾਹ ਇਸ ਵਕਤ ਜੋ ਮਰਜ਼ੀ ਬਣ ਜਾਣ, ਮਗਰ ਮੇਰਾ ਖਿਆਲ ਆ ਕਿ ਉਹ ਹਾਲੇ ਤੱਤੇ ਤਾਤੇ ਪੈਰ ਨਹੀਂ ਰੱਖਣਗੇ। ਜਦੋਂ ਕੰਮ ਥੋੜ੍ਹਾ ਜਿਹਾ ਸਮੂਥ ਹੋ ਜਾਏਗਾ, ਥੋੜ੍ਹਾ ਜਿਹਾ ਚੱਲ ਪਏਗਾ, ਅਤੇ ਫਿਰ ਅੱਛੂ ਸਾਹਿਬ ਸ਼ਾਇਦ ਉਹ ਕੁਝ ਕਬੂਲ ਕਰ ਲੈਣ, ਫਿਰ ਵਕਤ ਉਹ ਸ਼੍ਰੀਲੰਕਾ ਕਮੈਂਟਰੀ ਕਰਨਗੇ, ਇਹ ਮੇਰਾ ਤਜਰਬਾ ਕਹਿੰਦਾ। ਹਾਂਜੀ ਲਓ, ਬਾਬਰ ਆਜ਼ਮ ਕਿੱਥੋਂ ਆ ਗਏ ਯਾਰ ਅੱਜ ਦੇ ਟੋਪਿਕ 'ਚ? ਯਾਨੀ ਕਿ ਅਸੀਂ ਗੱਲ ਕਰ ਰਹੇ ਹੈਗੇ ਆ ਕ੍ਰਿਕਟ ਦੀ ਔਰ ਮੁਸਤਕਬਲ ਦੇ ਸੈਟਅਪ ਦੀ, ਔਰ ਤੂੰ ਬਾਬਰ ਆਜ਼ਮ ਦਾ ਵਿੱਚ ਫੇਰ ਲੋਚ ਤੋਲ ਦਿੱਤਾ। ਹਾਲੇ ਨਹੀਂ, ਹਾਂ ਉਹ T20 ਦੀ ਕਪਤਾਨੀ ਸਿਰਫ ਲਈ ਜਾਏਗੀ, ਖੇਡੇਗਾ ਉਹ ਜ਼ਰੂਰ। ਹਾਂ, ਬ੍ਰੇਕਿੰਗ ਨਿਊਜ਼ ਨਹੀਂ ਇਹਨੂੰ ਸਮਝਣਾ। ਹਾਂ, ਅਤੇ ਇਹ ਮੈਂ ਤਾਬੀ ਤੁਹਾਨੂੰ ਪਹਿਲੇ ਦੱਸ ਰਿਹਾ ਹੈਗਾ ਕਿ ਬਾਬਰ ਆਜ਼ਮ ਜਿਹੜਾ ਉਹਦੇ ਕੋਲ T20 ਦੀ ਕਪਤਾਨੀ ਤਾਂ ਨਹੀਂ ਲਈ ਜਾਏਗੀ, ਪਰ ਉਹਨੂੰ ਖਿਡਾਇਆ ਜ਼ਰੂਰ ਜਾਏਗਾ। ਔਰ ਕਿਹਾ ਇਹ ਜਾਏਗਾ ਕਿ ਇਹਦਾ ਅਸੀਂ ਵਰਕਲੋਡ, ਇਹਦੇ 'ਤੇ ਜਿਹੜਾ ਭਾਰ ਪਿਆ ਹੋਇਆ ਨਾ, ਉਹਨੂੰ ਘੱਟ ਕਰਨਾ ਚਾਹੁੰਦੇ ਹਾਂ। ਹਾਂ, ਅੱਛਾ ਫੈਸਲਾ ਹੋਏਗਾ ਵੈਸੇ, ਕਿਉਂਕਿ ਇੱਕ ਬੰਦੇ 'ਤੇ ਸਾਰਾ ਸ਼ੈਵਾਂ ਲਾ ਦਿਓ ਤਾਂ ਕਿਸੇ ਵੇਲੇ ਥੱਲੇ ਵੀ ਡਿੱਗ ਪੈਂਦਾ। ਹਾਂ ਠੀਕ ਆ, ਕੋਈ ਹੋਰ ਸਵਾਲ? ਹੁਣ ਤੰਗ ਨਾ ਕਰੀ ਲੋਕਾਂ ਨਾਲ, ਮੈਨੂੰ ਆਪਣੇ ਪਿਆਰੇ ਭਰਾ ਭਾਈਆਂ ਨਾਲ ਗੱਲ ਕਰਨ ਦੇ ਆ ਗਿਆ, ਪਤਾ ਨਹੀਂ ਕਿੱਥੋਂ ਸਵੇਰੇ ਸਵੇਰੇ ਉੱਠ ਕੇ। ਚਾਹ ਪੀਤੀ ਆ? ਨਹੀਂ ਪੀਤੀ, ਚੱਲ ਆਓ ਚਾਹ ਪੀ, ਤਾਂ ਫਿਰ ਮੈਨੂੰ ਤੰਗ ਨਾ ਕਰੀ। ਹਾਂਜੀ, ਅਤੇ ਸਜਣੋ ਤਾਂ ਮਿੱਤਰੋ, ਗੱਲ ਇਹ ਆ ਕਿ ਆਉਣਾ ਜਾਣਾ ਤਾਂ ਪਾਕਿਸਤਾਨ ਕ੍ਰਿਕਟ 'ਚ ਲੱਗਾ ਰਹਿੰਦਾ, ਅੱਜ ਕੋਈ ਆ, ਕੱਲ੍ਹ ਕੋਈ ਆ, ਅਤੇ ਇਸਦਾ ਹੱਲ ਵਜ਼ੀਰ ਆਜ਼ਮ ਜਿਹੜਾ ਵੀ ਪਾਕਿਸਤਾਨ ਦਾ ਹੋਏਗਾ ਉਹਦੇ ਕੋਲ ਹੈਗਾ। ਸਾਰੇ ਕਹਿੰਦੇ ਆ ਜੀ ਪੈਟਰਨ ਜਿਹੜੇ ਆ ਪਾਕਿਸਤਾਨ ਕ੍ਰਿਕਟ ਦੇ, ਉਹ ਵਜ਼ੀਰ ਆਜ਼ਮ ਆ, ਔਰ ਸਾਰੇ ਉਸ ਆਇਨ ਦੀ ਗੱਲ ਕਰਦੇ ਆ ਜਿਹੜਾ ਵਜ਼ੀਰ ਜਿਹਦੇ 'ਚ ਸਾਰੇ ਇਖਤਿਆਰਾਤ ਵਜ਼ੀਰ ਆਜ਼ਮ ਕੋਲ ਹੈਗੇ। ਨਹੀਂ, ਅਗਰ ਅਬੂਰੀ ਹਕੂਮਤ ਦੇ ਆਉਣ ਤੱਕ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਸ਼ਬਾਜ਼ ਸ਼ਰੀਫ, ਅਗਰ ਉਹ ਹਫੀਜ਼ ਕਾਰਦਾਰ ਦਾ 1974 ਦਾ ਆਇਨ ਬਹਾਲ ਕਰ ਦੇਣ, ਅਤੇ ਤਮਾਮ ਜਿਹੜੇ ਡਿਸਟ੍ਰਿਕਟ ਨੇ, ਜਿਹੜੇ ਸ਼ਹਿਰ ਨੇ, ਉਹਨਾਂ ਦੇ ਸਦਰਾਂ ਨੂੰ ਜਿਹਨੂੰ ਜਨਰਲ ਬੋਡੀ ਕਹਿੰਦੇ ਆ ਉਹਨੂੰ ਬਹਾਲ ਕਰ ਦੇਣ, ਅਤੇ ਇਹ 6 ਬੰਦਿਆਂ ਦਾ ਰੌਲਾ ਹੀ ਤਾਂ ਖਿੱਚੀ ਮੁੱਕ ਜਾਊਗੀ। ਹਾਂਜੀ, ਔਰ ਜਿਹੜੇ ਆਪਣੇ ਸਾਬਕ ਚੇਅਰਮੈਨ ਨਹੀਂ ਹੈਗੇ ਖਾਲਿਦ ਮਹਿਮੂਦ ਸਾਹਿਬ, ਉਹ ਜਨਰਲ ਬਾਡੀ 'ਚ ਸਾਲ 'ਚ ਇੱਕ ਵਾਰੀ ਹੁੰਦੀ ਆ, ਉਹਨਾਂ ਨੂੰ 5-star ਹੋਟਲ 'ਚ ਠਹਿਰਾਇਆ ਜਾਂਦਾ, ਸੋਹਣਾ ਜਿਹਾ ਗਿਫਟ ਹੈਂਪਰ ਦਿੱਤਾ ਜਾਂਦਾ, ਬਹੁਤ ਵਧੀਆ ਜਿਹਾ ਨਾਸ਼ਤਾ ਅਤੇ ਲੰਚ ਦਿੱਤਾ ਜਾਂਦਾ, ਔਰ ਜਿਸ ਟਾਈਮ ਉਹ ਖਾਣਾ ਖਾ ਲੈਂਦੇ ਆ ਅਤੇ ਹਨੂਦਗੀ ਚੜ੍ਹ ਜਾਂਦੀ ਆ, ਅਤੇ ਫਿਰ ਉਹਨਾਂ ਨੂੰ ਕੋਈ ਜਿਹੜੀ ਗੱਲ ਮਨਵਾਉਣੀ ਹੋਵੇ ਮਨਵਾ ਕੇ, ਅਤੇ ਉਹਨਾਂ ਨੂੰ ਕਹਿੰਦੇ ਨੇ ਅੱਛਾ ਜੀ ਅਗਲੇ ਸਾਲ ਮਿਲਾਂਗੇ। ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਅਸਲ ਜਿਹੜੀ ਸੁਆਬ ਦੀ ਹੈਗੀ ਆ ਆਪਣੀ ਜਮਾਤ, ਉਹ ਜਨਰਲ ਬੋਡੀ ਆ, ਇਹ 6 ਬੰਦਿਆਂ ਦੀ ਗਵਰਨਿੰਗ ਬੋਡੀ ਹੈ ਹੀ ਨਹੀਂ ਅਸਲ ਆਇਨ ਵਿੱਚ। ਅਤੇ ਜਨਾਬ ਸ਼ਬਾਜ਼ ਸ਼ਰੀਫ ਸਾਹਿਬ, ਤੁਹਾਨੂੰ ਤਾਂ ਗਈ ਬਹੁਤ ਜ਼ਿਆਦਾ ਜ਼ਰੂਰੀ ਜ਼ਰੂਰਤ ਹੈ ਅਵਾਮੀ ਫੈਸਲਿਆਂ ਕਰਨ ਦੀ, ਮਕਬੂਲ ਫੈਸਲੇ ਕਰਨ ਦੀ, ਤਾਂ ਕਰੋ। ਹਫੀਜ਼ ਕਾਰਦਾਰ ਸਾਹਿਬ ਦਾ ਜਿਹੜਾ ਆਇਨ ਆ ਉਹਨੂੰ ਲਾਗੂ ਕਰੋ, ਅਤੇ ਰੀਜਨਾਂ ਦੇ ਸਦਰਾਂ ਦੀ ਬਦਮਾਸ਼ੀਆਂ ਖਤਮ ਕਰੋ, ਅਤੇ ਡਿਸਟ੍ਰਿਕਟ ਦੇ ਸਦਰਾਂ ਨੂੰ ਜਿਹੜੇ ਅਸਲ ਇੰਤਖਾਬ ਦੇ ਜ਼ਰੀਏ ਚੇਅਰਮੈਨ PCB ਚੁਣਦੇ ਆ ਉਹਨਾਂ ਨੂੰ ਬਹਾਲ ਕਰੋ। ਜਨ ਆਪਣੇ ਖਾਲਿਦ ਮਹਿਮੂਦ ਸਾਹਿਬ ਤਾਂ ਹਮੇਸ਼ਾ ਇਹ ਪਿੱਟਦੇ ਆ ਕਿ ਅਸਲ ਤਾਕਤ ਦੀ ਪਾਵਰ ਤਾਂ ਉਹਨਾਂ ਕੋਲ ਹੈਗੀ ਆ। ਮੈਂ ਖੁਦ ਜਦ ਖੇਡਿਆ ਸੀ ਸਾਹੀਵਾਲ 'ਚ ਇੰਡੀਆ U19 ਦੇ ਖਿਲਾਫ, ਤਾਂ ਉਸ ਵਕਤ ਮੀਆਂ ਬਿਸ਼ਾਰਤ ਸ਼ਫੀ ਸਾਹਿਬ ਹੁੰਦੇ ਸੀ, ਕੀ ਹੈ ਪੰਜਾਬ ਦੇ ਨੁਮਾਇੰਦਾ, ਕਿਉਂਕਿ ਉਹਨਾਂ ਨੂੰ ਪੂਰੇ ਪੰਜਾਬ ਦੇ ਜਿਹੜੇ ਡਿਸਟ੍ਰਿਕਟ ਦੇ ਸਦੂਰ ਆ ਉਹਨਾਂ ਨੇ ਸਿਲੈਕਟ ਕੀਤਾ ਸੀ। ਹਾਂਜੀ, ਔਰ ਉਸ ਤੋਂ ਪਹਿਲੇ ਕਰਾਚੀ ਔਰ ਲਾਹੌਰ ਤੋਂ ਇਲਾਵਾ ਕੋਈ ਬੰਦਾ ਪਾਕਿਸਤਾਨ ਖੇਡ ਜਾਏ ਇਹ ਤਾਂ ਸੋਚੀ ਨਹੀਂ ਸੀ ਕਦੀ ਕਿਸੇ ਨੇ। ਫਿਰ ਅਲੱਗ ਕੀਤਾ, ਇੰਜ਼ਮਾਮ ਟੀਮ 'ਚ ਆਇਆ, ਵਕਾਰ ਯੂਨਸ ਟੀਮ 'ਚ ਆਇਆ, ਆਉਂਦੇ ਹੀ ਗਏ। ਫਿਰ ਮੁਲਤਾਨ ਵਾਲੇ ਪਾਸੋਂ ਬਹੁਤ ਖਿਲਾੜੀ ਆਏ, ਸਿਆਲਕੋਟ ਵਾਲੇ ਪਾਸੋਂ ਬਹੁਤ ਖਿਲਾੜੀ ਆਏ, ਹੁਣ ਵੀ ਆ ਰਹੇ ਆ, ਪਰ ਜਿਹੜੇ ਸਿਆਲਕੋਟ ਦੇ ਖਿਲਾੜੀ ਆ ਇਹਨਾਂ ਕੋਲੋਂ
ਕੁਝ ਨਾ ਕੁਝ ਹੋ ਜਾਂਦਾ, ਉਹ ਕਰਦੇ ਨਹੀਂ ਹੋ ਜਾਂਦਾ, ਅਤੇ ਪਤਾ ਨਹੀਂ ਉੱਥੇ ਦੀ ਮਿੱਟੀ ਦਾ ਅਸਰ ਹੈ, ਇਹ ਤਾਂ ਮੈਨੂੰ ਨਹੀਂ ਪਤਾ। ਹਾਂ, ਉਸ ਜ਼ਮਾਨੇ 'ਚ ਆਪਣੇ ਸਰਗੋਧੇ ਤੋਂ ਜਿਹੜਾ ਮੇਰਾ ਸ਼ਹਿਰ ਆ ਉੱਥੋਂ ਸਭ ਤੋਂ ਪਹਿਲੇ ਅਰਸ਼ਦ ਬਾਟਾ ਆਏ, ਜਿਨ੍ਹਾਂ ਦੇ ਫਸਟ ਕਲਾਸ ਵਿੱਚ 4400 ਆ। ਹਾਂਜੀ, ਫਿਰ ਆਇਆ ਨਵੀਦ ਲਤੀਫ, ਦੁਨੀਆ ਦਾ ਨਾਵਾਂ ਵੱਡਾ ਸਕੋਰ ਆ ਉਹਦਾ 394 ਗੁਜਰਾਂ ਵਾਲੇ 'ਚ, ਔਰ ਬਿਹਤਰੀਨ ਪਰਫਾਰਮੈਂਸ ਦਿੱਤੀ ਉਹਨੇ ਸ਼ਾਰਜਾ ਵਿੱਚ, ਔਰ ਕਮੰਟਰੀ ਤਾਂ ਮੈਂ ਖੁਦ ਸੁਣਿਆ ਸੀਗਾ, ਵਸੀਮ ਅਕਰਮ ਨੇ ਕਿਹਾ ਸੀ ਕਿ ਇਹਨੂੰ ਚੰਦ ਮੈਚਾਂ ਦੀ ਹੋਰ ਦੀ ਜ਼ਰੂਰਤ ਆ ਅਤੇ ਇਹ ਤਾਂ ਫੜਿਆ ਹੀ ਨਹੀਂ ਜਾਊਗਾ। ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕੀ ਹੁੰਦਾ ਪਾਕਿਸਤਾਨ ਵਿੱਚ, ਸਮੀ ਨਿਆਜ਼ੀ ਆਇਆ ਜਿਹੜਾ ਇਸ ਹਿਸਟਰੀ ਦੇ ਟੌਪ ਫਸਟ ਕਲਾਸ ਬੋਲਰ ਵਿੱਚ, ਦੋ ਸਰਗੋਧੇ ਦੇ ਲੜਕੇ ਆਏ, ਇਜਾਜ਼ ਚੀਮਾ ਆ ਗਿਆ, ਸਮੀ ਨਿਆਜ਼ੀ ਆ ਗਿਆ। ਉਸ ਤੋਂ ਬਾਅਦ ਜਨਾਬ ਅਸੀਂ ਆ ਜਾਂਦੇ ਹਾਂ ਮੁਹੰਮਦ ਹਫੀਜ਼ ਅਲ, ਉਹਦੇ ਵਾਲਿਦੈਨ ਜਿਹੜੇ ਆ ਉਹ ਮੁਇਸ਼ਤ ਵਾਸਤੇ, ਯਾਨੀ ਕਿ ਘਰ ਭਰ ਦਾ ਰੋਟੀ ਟੁੱਕਰ ਚਲਾਉਣ ਵਾਸਤੇ ਸਰਗੋਧੇ ਮਾਈਗ੍ਰੇਟ ਹੋਏ, ਅਤੇ ਉੱਥੇ ਹੀ ਹਫੀਜ਼ ਜੰਮਿਆ, ਉੱਥੇ ਹੀ ਪੜ੍ਹਿਆ, ਉੱਥੇ ਹੀ ਖੇਡਿਆ। ਉਹਨੇ ਜਿਹੜਾ ਬਿਆਨ ਦਿੱਤਾ ਉਹ ਮੇਰੀ ਉਹਦੇ ਨਾਲ ਤਫਸੀਲਨ ਗੱਲ ਹੋਈ ਆ, ਉਹਨੇ ਕਿਹਾ ਕਿ ਮੈਂ ਉਸ ਚੈਨਲ ਨੂੰ ਜਿਹੜਾ ਇੰਟਰਵਿਊ ਦਿੱਤਾ ਉਹ ਆਪਣੀ ਮਰਜ਼ੀ ਦਾ ਮਾਲਿਕ ਆ, ਉਹਨਾਂ ਨੇ ਅੱਗੋਂ ਪਿੱਛੋਂ ਕੱਟ ਕੇ ਉਹ ਲਾਇਆ, ਅਤੇ ਜਿਹੜੀ ਮੈਂ ਅਸਲ ਗੱਲ ਕੀਤੀ ਆ ਉਹ ਕੱਟ ਲਈ ਆ। ਸਾਡੇ ਮੀਡੀਆ ਵਾਲੇ ਵੀ ਤਾਂ ਮਰਚਾਂ ਲਾਉਂਦੇ ਆ ਨਾ, ਅਸਲ ਗੱਲ ਤਾਂ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ। ਅਤੇ ਵਿਚਾਰਾ ਗੰਦਾ ਹੋ ਰਿਹਾ ਮੁਹੰਮਦ ਹਫੀਜ਼, ਮਿਸਬਾਹ ਹੁਲਕ ਲੈ ਲਓ, ਜਿਹੜੇ ਇਹ ਮੈਂ ਉਸ ਟਾਈਮ ਦੀ ਗੱਲ ਕਰ ਰਿਹਾ ਜਦੋਂ ਡਿਸਟ੍ਰਿਕਟ ਦੇ ਸਦੂਰ ਹੁੰਦੇ ਸੀ, ਅਸਲ ਤਾਕਤ ਦਾ ਚਸ਼ਮਾ ਮੁਹੰਮਦ ਯੂਸਫ ਆਏ, ਇੰਜ਼ਮਾਮ ਉਲ ਹੱਕ ਆਏ, ਪਤਨੀ ਕੌਣ ਕੌਣ, ਮੁਹੰਮਦ ਜ਼ਾਹਿਦ ਆਏ, ਅਤੇ ਹੁਣ ਤਾਂ 6 ਬੰਦਿਆਂ ਕੋਲ ਤਾਕਤ ਆ, ਜਿਹਨੂੰ ਚਾਹਣ ਉਹਦੇ ਨਾਲ ਚੀਫ ਸਿਲੈਕਟ ਲਾ ਦੇਣ, ਅਤੇ ਜਿਹਨੂੰ ਚਾਹਣ ਉਹਦੇ ਨਾਲ ਚੁੱਕ ਕੇ ਬਾਹਰ ਮਾਰਨ। ਅਤੇ ਜਦੋਂ ਜਨਰਲ ਬਾਡੀ ਐਕਟਿਵ ਹੋਏਗੀ ਤਾਂ ਫਿਰ ਉਹ ਚੇਅਰਮੈਨ PCB ਨੂੰ ਵੀ ਪੁੱਛਣ ਜੋਗੇ ਹੋਣਗੇ, ਅਤੇ ਉਸ ਤੋਂ ਬਾਅਦ ਨਾ ਕੀ ਹੈ ਚੀਫ ਸਿਲੈਕਟਰ ਨੂੰ ਵੀ ਪੁੱਛਣ ਵਾਲੇ ਹੋਣਗੇ। ਇਹ ਤਾਂ ਸਿੱਧੇ ਸਿੱਧੇ ਗੁਲਾਮਾਨਾ ਸਟਾਈਲ ਦੀ ਸਿਸਟਮ ਲਾਇਆ ਹੋਇਆ, ਜਨਾ ਜਿਹੜੇ ਵੀ ਚੇਅਰਮੈਨ ਕੋਲ ਪੁੱਛੋ ਜੀ, ਨਹੀਂ ਜੀ ਹਮਾਰੇ ਪੈਟਰਨ ਤੋਂ ਵਜ਼ੀਰ ਆਜ਼ਮ ਹੈ ਉਹ, ਭਾਈ ਕਾਰਦਾਰ ਦਾ ਜਿਹੜਾ ਅਸਲ ਨਿਜ਼ਾਮ ਸੀ ਉਹਨੂੰ ਬਹਾਲ ਕਰੋ। ਹਾਂ, ਅਤੇ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ, ਸਿਆਸੀ ਮੁਦਾਖਲਤ ਖਤਮ ਹੋ ਜਾਊਗੀ। ਹਾਂ, ਮੈਂ ਕੁਝ ਝੂਠ ਨਹੀਂ ਬੋਲ ਰਿਹਾ, ਹਾਂ ਸੱਚੀ ਗੱਲ ਆ। ਮਿਸਬਾਹ ਉਲ-ਹੱਕ ਜਿਹੜਾ ਉਹਨੇ ਜੰਮਿਆ ਪਲਿਆ ਮੀਆਂਵਾਲੀ 'ਚ, ਤਾਲੀਮ ਹਾਸਲ ਕੀਤੀ ਉਹਨੇ ਸਾਰੀ ਲਾਹੌਰ ਦੇ ਵਿੱਚ, ਅਤੇ ਕ੍ਰਿਕਟ ਸਾਰੀ ਖੇਡੀ ਸਰਗੋਧੇ ਵੱਲੋਂ। ਅਤੇ ਮੈਂ ਹੁਣ ਸਰਗੋਧੇ 'ਚ ਨਹੀਂ ਫਸਣਾ, ਤਾਂ ਕਿ ਮੈਂ ਜਿਹੜੀ ਅਸਲ ਮੁੱਦੇ ਦੀ ਗੱਲ ਆ ਉਹ ਇਹ ਵਾ ਕਿ ਜਿਹੜਾ ਵੀ ਵਜ਼ੀਰ ਆਜ਼ਮ ਹੋਵੇ, ਸ਼ਾਇਦ ਇਹ ਤਾਕਤ ਅਬੂਰੀ ਵਜ਼ੀਰ ਆਜ਼ਮ ਕੋਲ ਨਾ ਹੋਵੇ, ਇਲੈਕਟਿਡ ਵਜ਼ੀਰ ਆਜ਼ਮ ਕੋਲ ਹੋਵੇ, ਅਤੇ ਉਹਨਾਂ ਅੱਗੇ ਬਿਨਤੀ ਆ, ਉਹਨਾਂ ਅੱਗੇ ਤਰਲਾ ਵਾ, ਉਹਨਾਂ ਅੱਗੇ ਮਿੰਨਤ ਵਾ ਕਿ ਤੁਸੀਂ ਬਹਾਲ ਕਰੋ ਜਨਰਲ ਬਾਡੀ ਨੂੰ, ਔਰ ਇਹ ਗਵਰਨਿੰਗ ਬਾਡੀ ਜਿਹੜੀ 6 ਬੰਦਿਆਂ ਦੀ ਜਾਂ ਸਰ ਦੀ ਆ ਇਹ ਖਤਮ ਕਰੋ। ਜਨਰਲ ਬਾਡੀ ਦੇ ਸਾਰੇ ਲੋਕ ਜਦੋਂ ਵੋਟ ਦੇ ਜ਼ਰੀਏ ਜਮਹੂਰੀ ਤਰੀਕੇ ਨਾਲ ਵੋਟ ਪਾਉਣਗੇ, ਚੇਅਰਮੈਨ PCB ਮੁੰਤਖਬ ਕਰਨਗੇ, ਅਤੇ ਸਿਆਸੀ ਮੁਦਾਖਲਤ ਵੀ ਖਤਮ ਹੋ ਜਾਊਗੀ ਔਰ ਸਾਰੇ ਮਸਲੇ ਖਤਮ ਹੋ ਜਾਣਗੇ। ਇੱਕ ਦਿਨ ਲਜਮ ਸੈਟੀ ਸਾਹਿਬ ਬੈਠੇ ਹੁੰਦੇ ਆ, ਦੂਜੇ ਦਿਨ ਜ਼ਕਾਸ਼ਰਫ ਸਾਹਿਬ ਬੈਠੇ ਹੁੰਦੇ ਆ, ਤੀਜੇ ਦਿਨ ਕੋਈ ਹੋਰ ਬੈਠਾ ਹੁੰਦਾ, ਅਤੇ ਇਹ ਕੰਮ ਜਿਹੜਾ ਹੁਣ ਮੁੱਕ ਜਾਣਾ ਚਾਹੀਦਾ। ਹਕੂਮਤਾਂ ਬਦਲਦੀਆਂ ਰਹਿਣ ਪਰ ਜਿਹੜਾ ਚੇਅਰਮੈਨ ਆ ਉਹਨੂੰ ਆਪਣਾ ਟੈਨਿਊਰ ਪੂਰਾ ਕਰਨਾ ਚਾਹੀਦਾ। ਜੀ ਹਾਂ, ਅੱਜ ਜੀ ਇਹ ਗੱਲ ਮੈਂ ਕਰਨੀ ਸੀ। ਅਤੇ ਅਕਸ਼ੂ ਸਾਹਿਬ, ਹੁਣ ਤੁਹਾਡੇ ਸਵਾਲਾਂ ਦਾ ਜਵਾਬ ਜਿਹੜਾ ਨਾ ਉਹ ਮੈਂ ਅਗਲੀ ਵੀਡੀਓ 'ਚ ਦਿਆਂਗਾ। ਮੈਨੂੰ ਪਤਾ ਤੁਹਾਨੂੰ ਬੜੀ ਮੁਸ਼ਕਲ ਆ ਰਹੀ ਹੈ। ਲਤੀਫਾ ਲਤੀਫਾ ਜੀ, ਇੱਕ ਸਰਦਾਰ ਜੀ ਗਏ ਜੀ ਨਵੇਂ ਨਵੇਂ ਕੈਨੇਡਾ, ਅਤੇ ਇੱਕ ਸ਼ਰਾਬਖਾਨੇ ਦੇ ਅੱਗੇ ਨਾ ਗੱਡੀ ਖੜ੍ਹੀ ਸੀ, ਅਤੇ ਇੱਕ ਬੀਬੀ ਆਈ ਅਤੇ ਕੱਪੜਿਆਂ ਤੋਂ ਫਾਰਗ, ਟੋਟਲ ਫਾਰਗ, ਅਤੇ ਉਹ ਕਾਰ 'ਚ ਆ ਕੇ ਬਹਿ ਗਈ, ਬੋਤਲ ਉਹਦੇ ਹੱਥ ਵਿੱਚ, ਅਤੇ ਉਹ ਵਾਰ ਵਾਰ ਵੇਖੀ ਜਾ ਰਿਹਾ ਸਕੂਰੀ ਵੱਲ, ਹੈਰਾਨ ਹੋ ਰਿਹਾ ਵਿਚਾਰਾ, ਗਿਆ ਸੀ ਚੰਡੀਗੜ੍ਹ ਤੋਂ, ਅਤੇ ਉਹ ਵਾਰ ਵਾਰ ਵੇਖੀ ਜਾ ਰਹੇ ਸੀ, ਅਤੇ ਉਹ ਬੀਬੀ ਨੇ ਪੁੱਛਿਆ ਤੂੰ ਕਦੀ ਬਗੈਰ ਕੱਪੜਿਆਂ ਤੋਂ ਬੀਬੀ ਨਹੀਂ ਦੇਖੀ।
ਉਹਨੇ ਕਿਹਾ ਜੀ ਮੈਂ ਦੇਖੀ ਤਾਂ ਹੈਗੀ ਆ ਪਰ ਮੈਂ ਸੋਚ ਰਿਹਾ ਤੁਸੀਂ ਪੈਸੇ ਕਿੱਦਾਂ ਦਿਓਗੇ। ਤਾਂ ਗੱਲ ਇਹ ਹੈਗੀ ਆ ਕਿ ਕ੍ਰਿਕਟ 'ਚ ਵੀ ਬਹੁਤ ਪੈਸਾ ਔਰ ਅਗਰ ਯਾਨੀ ਕਿ ਸਾਰਾ ਏਸ਼ੀਆ ਕੱਪ ਪਾਕਿਸਤਾਨ ਹੋਵੇ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਪੈਸੇ ਕਿੱਥੇ ਦਊਗਾ, ਅੱਗੇ ਡਿਫਾਲਟ ਕਰਨ ਨੂੰ ਫਿਰਦੇ ਹੈਗੇ ਆ। ਅਤੇ ਜਿਹੜਾ ਭਾਰਤ ਆ ਉਹ ਇੰਨਾ ਕੁ ਅਮੀਰ ਆ ਕਿ 80% ਉਹ ਆਈ ਸੀ ਸੀ ਨੂੰ ਦਿੰਦਾ ਅਤੇ ਹੁਣ ਉਹ ਕਹਿੰਦਾ ਕਿ ਅਸੀਂ 80% ਦਿੰਦੇ ਹਾਂ ਅਤੇ ਅਸੀਂ 30% ਕੱਢਣਾ ਵੀ ਹੈਗਾ, ਸਾਫ ਜੀ ਗੱਲ ਆ। ਤਾਂ ਲਓ ਜੀ ਅਫਤਾਬ ਨੂੰ ਤਾਬੀ ਨੂੰ ਦਿਓ ਇਜਾਜ਼ਤ, ਕਿਉਂਕਿ ਮੈਂ ਵੀ ਸੋਚ ਰਿਹਾ ਕਿ ਮੈਂ ਪੈਸੇ ਕਿੱਦਾਂ ਦੇਵਾਂਗਾ। ਅੱਲਾ ਹਾਫਿਜ਼।